ਪਰਦੀਪ ਕਲੇਰ ਦੇ মিডিਆ ਚ ਆ ਕੇ ਕੀਤੇ ਦਾਅਵਿਆਂ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਇਲਜ਼ਾਮਾਂ ਦਾ ਦੌਰ ਜਾਰੀ ਹੈ ਜਿੱਥੇ ਅਕਾਲੀ ਦਲ ਸਵਾਲਾਂ ਦੇ ਘੇਰੇ ਚ ਹੈ ਉੱਥੇ ਹੀ ਅਕਾਲੀ ਦਲ ਸੱਤਾਧਿਰ ਨੂੰ ਵੀ ਘੇਰ ਰਿਹਾ ਤੇ ਕਈ ਸਵਾਲ ਖੜੇ ਕਰ ਰਿਹਾ ਅਰਸ਼ਦੀਪ ਕਲੇਰ ਹੋਣੀ ਅਕਾਲੀ ਦਲ ਦੇ ਮੁਖ ਬੁਲਾਰੇ ਸਾਡੇ ਨਾਲ ਮੌਜੂਦ ਨੇ ਕਲੇਰ ਸਾਹਿਬ ਪ੍ਰਦੀਪ ਨੇ ਕਾਫੀ ਵੱਡੇ ਦਾਅਵੇ ਕੀਤੇ ਔਰ ਪ੍ਰਦੀਪ ਦੇ ਮੁਤਾਬਕ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਤੁਹਾਡੇ ਪ੍ਰਧਾਨ ਸਾਹਿਬ ਤੇ ਇੰਨੇ ਗੰਭੀਰ ਇਲਜ਼ਾਮ ਲਾਤੇ ਉਸ ਪ੍ਰਧਾਨ ਤੇ ਜਿਹੜੀ ਪਾਰਟੀ ਨੂੰ ਪੰਥਕ ਪਾਰਟੀ ਮੰਨਿਆ ਜਾਂਦਾ ਇੰਨੇ ਵੱਡੇ ਸਵਾਲ ਖੜੇ ਹੋ ਗਏ ਦੇਖੋ ਨੁਪਿੰਦਰ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਦੇਖੀਏ ਕਿ ਇਲਜ਼ਾਮ ਲਾ ਕੌਣ ਰਿਹਾ ਪ੍ਰਦੀਪ ਉਹ ਕੋਈ ਮਹਾਪੁਰਸ਼ ਨਹੀਂ ਉਹ ਕੋਈ ਸੰਤ ਨਹੀਂ ਪ੍ਰਦੀਪ ਉਹ ਸ਼ਖਸੀਅਤ ਹੈ ਜਿਹਦੇ ਤੇ ਪੰਜ ਮੁਕੱਦਮੇ ਦਰਜ ਨੇ ਬੇਅਦਬੀਆਂ ਦੇ ਤੇ ਜਿਹੜਾ ਬੁਰਜਵਾਰ ਸਿੰਘ ਵਾਲੇ ਤੋਂ ਮਹਾਰਾਜ ਦੇ ਸਰੂਪ ਚੋਰੀ ਹੋਏ ਸੀ ਚੋਰੀ ਕਰਨ ਦੀ ਐਫਆਈਆਰ ਦਾ ਮੁੱਖ ਮੁੱਲਜਮੂ ਹੈ ਪੋਸਟਰ ਲਾਉਣ ਵਾਲੀ ਐਫਆਈਆਰ ਦਾ ਮੁੱਖ ਮੁੱਲਜਮੂ ਹੈ ਅੰਗ ਖਲਾਰਨ ਵਾਲੀ ਐਫਆਈਆਰ ਦਾ ਮੁੱਖ ਮੁੱਲਜਮੂ ਹੈ ਤੇ ਉਹ ਆ ਕੇ ਸਵਾਲ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂ ਤਾਂ ਪਹਿਲਾਂ ਪੁੱਛਣਾ ਚਾਹੁੰਦਾ ਕਿ ਇਹ ਉਹ ਬੰਦਾ ਜਿਹਨੇ ਗੁਰੂ ਸਾਹਿਬ ਦੀ ਬੇਦਵੀ ਕੀਤੀ ਸਾਡੇ ਗੁਰੂ ਦੀ ਪਤ ਗਲੀਆਂ ਦੇ ਵਿੱਚ ਰੋਲੀ ਤੇ ਆ ਕੇ ਸਾਡੇ ਤੇ ਸਵਾਲ ਖੜਾ ਕਰਦਾ ਜੇ ਉਹਨੂੰ ਕੋਈ ਸਵਾਲ ਕਰਨਾ ਹੈ ਤਾਂ ਜਿਨੇ ਉਹਦੀ ਇੰਟਰਵਿਊ ਵੀ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਕਿ ਸਵਾਲ ਉਹਨੂੰ ਕੀ ਕਰਨਾ ਚਾਹੀਦਾ ਜਿਹੜੇ ਬੰਦੇ ਨੇ 164 ਦਾ ਬਿਆਨ ਮੈਜਿਸਟ੍ਰੇਟ ਦੇ ਦਿੱਤਾ ਜਿਨੇ ਆਪਣਾ ਗੁਨਾਹ ਕਬੂਲ ਕੀਤਾ ਹਾਲਾਂਕਿ ਉਥੇ ਆਪਣੇ ਆਪ ਨੂੰ ਬਚਾਉਣ ਲਈ ਕਹਿੰਦਾ ਕਿ ਹੈ ਕਿ ਜਦੋਂ ਸਾਜਸ਼ਾਂ ਘੜੀਆਂ ਜਾਂਦੀਆਂ ਸੀ ਉਦੋਂ ਮੈਂ ਵਿੱਚ ਸੀ ਸਾਜਸ਼ਾਂ ਨੂੰ ਐਗਜ਼ੀਕਿਊਟ ਕਰਨ ਗਿਆ ਮਹਿੰਦਰਪਾਲ ਬਿੱਟੂ ਜਿਹੜਾ ਮਰ ਗਿਆ ਉਹਨੂੰ ਪਤਾ ਵੀ ਹੁਣ ਮਹਿੰਦਰਪਾਲ ਬਿੱਟੂ ਨੇ ਤਾਂ ਮਰਨਾ ਆਉਣਾ ਨਹੀਂ ਵਾਪਸ ਤੇ ਆਪਾਂ ਸਾਰਾ ਗੱਲ ਉੱਤੇ ਸਿੱਟਦੀ ਹੈ ਪਰ ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਆ ਕੇ ਸੰਗਤ ਨੂੰ ਇਹ ਦੱਸੇ ਮਾਫੀ ਦੀ ਗੱਲ ਬਾਤ ਚ ਕਰੇ ਮਾਫੀ ਉਹਦਾ ਵਿਸ਼ਾ ਨਹੀਂ ਬੇਅਤ ਵੀ ਜਿਹਦੇ ਚੋਂ ਮਲਜਮ ਐ ਆ ਕੇ ਸੰਗਤ ਨੂੰ ਦੱਸੇ ਵੀ ਗੁਰੂ ਸਾਹਿਬ ਦੇ ਸਰੂਪ ਕਿਵੇਂ ਚੋਰੀ ਕੀਤੇ ਕੌਣ ਕੌਣ ਇਹਦੇ ਨਾਲ ਸੀ ਚੋਰੀ ਕਰਨ ਦੇ ਵਿੱਚ ਕਿਵੇਂ ਇਹਨਾਂ ਨੇ ਪੋਸਟਰ ਲਾਏ ਪੋਸਟਰ ਕਿੱਥੋਂ ਤਿਆਰ ਹੋਏ ਅੰਗ ਕਿੱਥੇ ਖਿਲਾਰੇ ਕਿਵੇਂ ਖਿਲਾਰੇ ਨਾਲ ਕਿਹੜੇ ਬੰਦੇ ਖਿਲਾਰਨਗੇ ਤੇ ਜਿਹੜੇ ਬਾਕੀ ਮਹਾਰਾਜ ਦੇ ਸਰੂਪ ਬਚੇ ਉਹ ਦੱਸਤਾ ਸੀ ਉਹਨਾਂ ਦਾ ਕੀਤਾ ਕੀ ਦੱਸਣੀਆਂ ਤੈਨੂੰ ਆ ਗੱਲਾਂ ਚਾਹੀਦੀਆਂ ਨੇ ਅਰਜੀਤ ਜੀ ਪਰ ਜਿਹੜੇ ਬੰਦੇ ਦੇ ਹੁਣ ਇੰਨੇ ਵੱਡੇ ਜੀ ਤੇ ਗੰਭੀਰ ਇਲਜ਼ਾਮ ਨੇ ਉਹ ਐਸੇ ਇਲਜ਼ਾਮ ਕਦੇ ਵੀ ਜੋ ਲੋਕ ਸ਼ਾਇਦ ਉਹਨਾਂ ਇਲਜ਼ਾਮਾਂ ਦੇ ਚੱਲਦੇ ਕੀ ਕੁਝ ਹੋ ਗਿਆ ਸਿਆਸਤ ਦੇ ਵਿੱਚ ਪਰ ਜਿਹੜੇ ਵਿਅਕਤੀ ਤੇ ਇਹ ਇਲਜ਼ਾਮ ਨੇ ਉਹ ਦਾਵਾ ਤਾਂ ਇਹ ਕਰਦਾ ਹੈ ਕਿ ਪ੍ਰਧਾਨ ਸਾਹਿਬ ਦੇ ਨਾਲ ਵਿਚੋਲਗੀ ਕਰਦਾ ਰਿਹਾ ਉਹ ਬਾਬੇ ਦੀ ਫਿਰ ਹੋਰ ਵੀ ਮਸਲਾ ਗੰਭੀਰ ਹੋ ਜਾਂਦਾ ਲੋਕ ਹੋਰ ਵੀ ਸਵਾਲ ਖੜੇ ਕਰਦੇ ਨੇ ਨਪਿੰਦਰ ਜੀ ਇਹ ਇੱਕ ਸਕ੍ਰਿਪਟ ਹੈ ਇਹ ਇੱਕ ਮੋਰ ਹੈ ਜਿਹੜਾ ਸਕ੍ਰਿਪਟ ਪੜ ਰਿਹਾ ਸਕ੍ਰਿਪਟ ਇਹਨੂੰ ਤਿਆਰ ਕਰਕੇ ਦਿੱਤੀ ਹੈ ਸਰਕਾਰ ਨੇ ਕੇਂਦਰੀ ਏਜੰਸੀਆਂ ਨੇ ਨਹੀਂ ਅੱਜ ਮੇਰਾ ਹੁਣ ਸਿੱਧਾ ਸਵਾਲ ਹੈ ਮੌਜੂਦਾ ਸਰਕਾਰ ਨੂੰ ਦੇਖੋ ਇਹ ਜਿਹੜਾ ਬੇਅਦਬੀਆਂ ਦਾ ਮਸਲਾ ਸਿੱਖ ਸੰਗਤ ਪਿਛਲੇ 9 ਸਾਲ ਤੋਂ ਇਨਸਾਫ ਦੀ ਉਡੀਕ ਕਰ ਰਹੀ ਹੈ ਔਰ ਸਿੱਖ ਸੰਗਤ ਦੇ ਮਨ ਚ ਇੱਕੋ ਹੀ ਸਵਾਲ ਹੈ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਸਵੇਰੇ ਉੱਠ ਕੇ ਅਰਦਾਸ ਵੀ ਕਰਦੇ ਆ ਨਾ ਇੱਕੋ ਸਵਾਲ ਨਾਲ ਸਵੇਰ ਆਪਣੀ ਚੜਦੀ ਹੈ ਕਿ ਭਾਈ ਜਿਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹ ਕੌਣ ਹੈ ਉਹਨੂੰ ਲਿਆ ਕੇ ਚੌਰਾਹੇ 'ਚ ਫਾਂਸੀ ਲਾ ਦਿਓ ਤੇ ਅੱਜ ਇਹ ਆਪ ਮੂਰੇ ਆ ਗਿਆ ਕਿ ਮੈਂ ਕੀਤੀਆਂ ਨੇ ਔਰ ਛਾਤੀ ਠੋਕ ਕੇ ਪੱਟਾਂ ਤੇ ਹੱਥ ਮਾਰ ਕੇ ਕਹਿੰਦਾ ਕਿ ਮੈਂ ਕੀਤੀਆਂ ਨੇ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰੇ ਦੀ ਮਦਦ ਕਿਉਂ ਕਰ ਰਹੀ ਹੈ ਦੇਖੋ 6 ਸਾਲ ਦਾ ਪਕੌੜਾ ਹੋਵੇ 2018 ਚ ਇਹਨੂੰ ਖੱਟੜਾ ਸਾਹਿਬ ਦੀ ਐਸਆਈਟੀ ਨੇ ਨਾਮਿਨੇਟ ਕੀਤਾ 24 ਦੇ ਵਿੱਚ ਆ ਕੇ ਫਰਵਰੀ ਨੂੰ ਇਹਦੀ ਅਰੈਸਟ ਹੁੰਦੀ ਹੈ 6 ਫਰਵਰੀ ਨੂੰ 6 ਸਾਲ ਦਾ ਪਕੌੜਾ ਤੇਨੂੰ ਮਹੀਨੇ ਚ ਹੀ ਬੇਲ ਮਿਲ ਗਈ ਹੁਣ ਉਰੇ ਸ਼ੁਰੂ ਹੁੰਦੀ ਹੈ ਖੇਡ ਸਰਕਾਰ ਦੀ ਤੁਸੀਂ ਦੇਖੋ ਵੀ 3 ਐਫਆਈਆਰਾਂ ਨੇ ਇੱਕ ਮਾਰੇ ਦੇ ਸਰੂਪ ਚੋਰੀ ਕਰਨ ਦੀ ਇੱਕ ਪੋਸਟਰ ਚ ਚਪਕਾਉਣ ਦੀਆਂ ਇਹ ਕੰਗ ਖਲਾਰਨ ਦੀਆਂ ਪਰ ਪਰ ਉਹ ਵੀ ਇਹ ਵੀ ਦਾਵਾ ਕਰਦੇ ਨੇ ਕਿ ਗ੍ਰਿਫਤਾਰੀ ਵੀ ਤਾਂ ਦੇਖੋ ਹੁਣ ਹੋਈ ਪਰਚਾ ਤੁਹਾਡੇ ਵੇਲੇ ਦਾ ਦਰਜ ਸੀ ਔਰ ਇਹ ਇਲਜ਼ਾਮ ਵੀ ਉਦੋਂ ਦੇ ਲੱਗੇ ਹੋਏ ਨੇ ਔਰ ਹੁਣ ਜਾ ਕੇ ਉਹਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਹੋਈ ਪਤਾ ਕਿੱਦਾਂ ਪਰ ਆਪਣਾ ਅਨਪਿੰਦਰ ਜੀ ਇਹ ਅਯੁੱਧਿਆ ਦੇ ਵਿੱਚ ਸਰਕਾਰੀ ਫੰਕਸ਼ਨਾਂ 'ਚ ਧਾਰਮਿਕ ਫੰਕਸ਼ਨਾਂ 'ਚ ਹਿੱਸਾ ਲੈਂਦਾ ਸੀ ਉੱਥੇ ਭਾਜਪਾ ਦੇ ਇੱਕ ਮੰਤਰੀ ਦੇ ਨਾਲ ਇਹਦੀਆਂ ਫੋਟੋਆਂ ਵਾਇਰਲ ਹੋ ਗਈਆਂ ਉਹ ਭਾਜਪਾ ਦੇ ਮੰਤਰੀ ਨੇ ਇਹਦੀ ਫੋਟੋ ਆਪਣੀ ਫੇਸਬੁੱਕ ਤੇ ਪਾਤੀ ਉਥੋਂ ਇਹ ਸ਼ਨਾਖਤ ਹੋ ਗਈ ਕਿ ਪ੍ਰਦੀਪ ਕਲੇਰਤਾ ਫਿਰਦਾ ਫਿਰਦਾ ਫਿਰ ਮਜਬੂਰੀ ਬਣੀ ਕੇਂਦਰੀ ਏਜੰਸੀਆਂ ਨੇ ਪੰਜਾਬ ਸਰਕਾਰ ਤੋਂ ਇਹਨੂੰ ਪੇਸ਼ ਕਰਾਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਹੁਣ ਮੈਂ ਕਿਉਂ ਕਹਿਣਾ ਮੈਂ ਤਾਂ ਕਾਗਜ਼ਾਂ ਨਾਲ ਗੱਲ ਕਰੂੰ ਬਿਨਾਂ ਕਾਗਜ਼ਾਂ ਤੋਂ ਨਹੀਂ ਕਰਦਾ ਇਹ ਤਿੰਨ ਐਫਆਈਆਰਾਂ ਦਾ ਮਲਜ਼ਮ ਹੈ ਤਿੰਨਾਂ ਦੇ ਵਿੱਚੇ ਪੀਓ ਹੈ ਹੁਣ ਤੁਸੀਂ ਇਹ ਦੇਖੋ ਵੀ ਇੱਕ ਐਫਆਈਆਰ ਜਿਹੜੀ ਚੋਰੀ ਕਰਨ ਵਾਲੀ ਹੈ ਉਹਦੇ 'ਚ ਇਹਦੀ ਅਰੈਸਟ ਪਾਈ ਕਿਉਂਕਿ ਮਿਲੀ ਭੁਗਤ ਸੀ ਕਿਉਂਕਿ ਇਹਨੂੰ ਇੱਕ ਸਿਆਸੀ ਹਥਿਆਰ ਦੇ ਤੌਰ ਤੇ ਪੋਲਿਟਿਕਲ ਵਿਰੋਧੀਆਂ ਵਿਰੁੱਧ ਵਰਤਨਾ ਸੀ ਇਨੂੰ ਉਹਦੇ ਚ ਬੇਲ ਹੋ ਗਈ ਜਿਹੜੀਆਂ ਦੋ ਐਫਆਈਆਰਾਂ ਜਿੱਚ ਸੰਗੀਨ ਦੋਸ਼ਾਂ 295 ਇਹਦੇ ਉਹ ਐਫਆਈਆਰ 128 ਨੰਬਰ ਤੇ ਇੱਕ ਐਫਆਈਆਰ 117 ਹੈਗੀ ਬਾਜਾਖਾਨਾ ਦੀ ਤੇ 128 ਹੈਗੀ ਇਹ ਵੀ ਬਾਜਾਖਾਨਾ ਦੀ ਇਹ ਦੋ ਐਫਆਈਆਰਾਂ ਚ ਅੱਜ ਵੀ ਪੀਓ ਹੈ ਇਹਦੇ ਵਿੱਚ ਚਲਾਨ ਪੇਸ਼ ਹੋਇਆ ਚਲਾਨ ਦੇ ਵਿੱਚ ਲਿਖਿਆ ਹੋਇਆ ਕਿ ਇਹ ਕਿਹੜੇ ਕਿਹੜੇ ਮੁਲਜ਼ਮ ਜਿਹੜੇ ਪੀਓ ਨੇ ਹਰਸ਼ ਧੂਰੀ ਪ੍ਰਦੀਪ ਕਲੇਰ ਸੰਦੀਪ ਬਰੇਟਾ ਉਕਤ ਦੋਸ਼ੀਆਂ ਨੂੰ ਪੀਓ ਕਰਾਰ ਦਿੱਤੇ ਜਾ ਚੁੱਕੇ ਹਨ ਤਾ ਦੱਸਣ ਭਗਵੰਤ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਕਿ ਭਾਈ ਆ ਦੋ ਐਫ ਆਈ ਆਰਾਂ ਚ ਇਹਦੀ ਅਰੈਸਟ ਕਿਉਂ ਨਹੀਂ ਪਾਈ ਮਤਲਬ ਪੰਜਾਬ ਪੁਲਿਸ ਨੇ ਪੀਓ ਦੀ ਇੱਕ ਅਰੈਸਟ ਪਾ ਲਈ ਉਹ ਚ ਬੇਲ ਦਿਵਾਤੀ ਇਹ ਦੋ ਐਫ ਆਈ ਆਰਾਂ ਚ ਚਲਾਨ ਪੇਸ਼ ਕਰਤੇ ਇਹਦੇ ਚ ਅਜੇ ਤੱਕ ਇਹਦੀ ਅਰੈਸਟ ਨਹੀਂ ਪਾਈ ਕੀ ਇਹਦੇ ਗੱਲ ਤੇ ਇੱਕ ਤਲਵਾਰ ਰੱਖੀ ਹੈ ਕਿ ਜੋ ਅਸੀਂ ਚਾਹੁੰਦੇ ਆ ਤੂੰ ਬੋਲ ਤੁਸੀਂ ਕਹਿੰਦੇ ਸੁਖਬੀਰ ਬਾਦਲ ਸਾਹਿਬ ਦੇ ਖਿਲਾਫ ਬੋਲਿਆ ਇਹ ਤਾਂ ਬੋਲਦਾ ਕਿਉਂਕਿ ਦੋ ਐਫ ਆਈ ਆਰਾਂ ਚ ਇਹਦੀ ਅਰੈਸਟ ਪਾਤੀ ਇਹ ਇੱਕ ਚ ਪਾਤੀ ਦੋ ਚ ਪਿਓ ਐ ਇਹਨੂੰ ਕਹਤਾ ਵੀ ਹੁਣ ਜੇ ਨਹੀਂ ਬੋਲੇਗਾ ਤਾਂ ਦੋ ਚ ਫਸਾਵਾਂਗੇ ਔਰ ਦੋ ਸੰਗੀਨ ਨੇ 295 ਦੀਆਂ ਤੇ ਅੱਜ ਕੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਔਰ ਭਗਵਾਨ ਤਮਾਨ ਸਾਹਿਬ ਲਗਾਤਾਰ ਮਦਦ ਕਰ ਰਹੇ ਨੇ ਇਹ ਡੇਰੇ ਦੇ ਨਾਲ ਮਿਲੀ ਭੁਗਤ ਕਿਉਂਕਿ ਮੈਂ ਕਹਿੰਦਾ ਹੁੰਨਾ ਕਿ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਮੁਕੱਦਮਾ ਹਾਰੀ ਉੱਥੋਂ ਇਹ ਕੇਸ ਦੀ ਟ੍ਰਾਇਲ ਚੰਡੀਗੜ੍ਹ ਆ ਗਈ ਇਹ ਵਿਸ਼ਵਾਸ ਦਵਾਉਣ ਦੀ ناکਾਮ ਰਹਿ ਸੁਪਰੀਮ ਕੋਰਟ ਨੂੰ ਕੇ ਜੀ ਫ੍ਰੀਡਮ ਟ੍ਰੈਨਸ ਤੁਸੀਂ ਤੁਸੀਂ ਐਡਵੋਕੇਟ ਵੀ ਹੋ ਹੋ ਸਕਦਾ ਕੋਈ ਹੋਰ ਟੈਕਨੀਕਲ ਕਾਰਨ ਰਹੇ ਹੋਣ ਹੋ ਸਕਦਾ ਕੋਈ ਹੋਰ ਵਜ੍ਹਾ ਰਹੀ ਹੋਵੇ ਕਿ ਉਹ ਗ੍ਰਫਤਰੀ ਜਿਹੜੀ ਹੈ ਉਹ ਉਹਨਾਂ ਦੋ ਮਾਮਲਿਆਂ ਚ ਨਾ ਪਈ ਹੋਵੇ ਤੁਸੀਂ ਵਕੀਲ ਹੋ ਮੈਂ ਐਜ਼ ਅ ਵਕੀਲ ਵੀ ਤੁਹਾਨੂੰ ਪੁੱਛ ਲੈਣਾ ਮੈਨੂੰ ਨਾ ਹਿੰਦੁਸਤਾਨ ਦੀ ਕੋਰਟ ਦਾ ਹਿੰਦੁਸਤਾਨ ਦੀ ਪੁਲਿਸ ਦਾ ਇੱਕ ਇਹੋ ਜਿਹਾ ਇਨਸਟੈਂਸ ਦਿਖਾ ਦਿਓ ਕਿ ਜਿਹੜਾ ਤਿੰਨ ਕੇਸਾਂ ਦਾ ਪੀਓ ਹੋਵੇ ਪੁਲਿਸ ਉਹਨੂੰ ਫੜ ਲੇ ਇੱਕੋ ਹੀ ਪੰਜਾਬ ਪੁਲਿਸ ਹੈ ਤਿੰਨੇ ਐਫ ਆਈ ਆਰ ਇੱਕੋ ਹੀ ਪੰਜਾਬ ਪੁਲਿਸ ਕੋਲੇ ਨੇ ਬਾਜੇਖਾਨੇ ਦੀ ਇਹ ਨੇ ਤੇ ਇੱਕ ਚ ਤੁਸੀਂ ਉਹਦੀ ਅਰੈਸਟ ਪਾ ਦੋ ਦੋ ਚ ਨਾ ਪਾਉ ਮੈਂ ਤਾਂ ਇਹ ਜੀ ਪੁਲਿਸਿੰਗ ਦੇਖੀ ਨਹੀਂ ਕਿਤੇ ਮੈਂ ਤਾਂ ਇਹ ਜੀ ਪ੍ਰਸ਼ਾਸਨ ਤੋਂ ਕੋਈ ਸਵਾਲ ਕੀਤਾ ਸੀ ਉਹਨਾਂ ਤੋਂ ਇਹਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਇਹਨੂੰ ਹੁਣ ਅਸੀਂ ਕੜੀਸ ਕੇ ਲੈ ਕੇ ਜਾਵਾਂਗੇ ਕੋਰਟ ਇਹ ਜਿਹੜਾ ਬਾਲਾ ਭਗਵੰਤ ਮਾਨ ਸਾਹਿਬ ਨੇ ਚੈਨਲਾਂ ਤੇ ਮਹੰਤ ਬਣ ਕੇ ਬਿਠਾਇਆ ਨਾ ਇਹ ਪ੍ਰਦੀਪ ਕਲੇਰ ਇਹਦੀ ਮਿਲੀ ਭੁਗਤ ਸਰਕਾਰ ਦੇ ਨਾਲ ਨੰਗੇ ਕਰਾਂਗੇ ਇਹ ਤਾਂ ਹੁਣ ਕੋਰਟ ਚ ਲੈ ਕੇ ਜਾਵਾਂਗੇ ਦੂਜੀ ਗੱਲ ਇਹ ਕੋਈ ਮੁੱਖ ਮੰਤਰੀ ਸਾਹਿਬ ਨੇ ਇੱਕ ਮਦਦ ਨਹੀਂ ਕੀਤੀ ਫਿਰ ਦੂਜੀ ਮਦਦ ਸੁਣ ਲਓ ਪਹਿਲਾਂ ਤਾਂ ਮੈਂ ਕਿਹਾ ਕਿ ਕਿਵੇਂ ਟ੍ਰਾਇਲਾਂ ਬਾਹਰ ਆ ਗਈਆਂ ਹਾਈ ਕੋਰਟ ਤੇ ਸਟੇ ਹੋ ਗਿਆ ਫਿਰ ਜਦੋਂ ਇਹ ਨਾਮ ਲ ਇਦੇ 164 ਦੇ ਬਿਆਨ 'ਚ ਹਨੀਪ੍ਰੀਤ ਦਾ ਨਾਮ ਲੈਂਦਾ ਹੈ ਕਿ ਜਦੋਂ ਸਾਜ਼ਿਸ਼ਾਂ ਹੋ ਰਹੀਆਂ ਸੀ ਹਨੀਪ੍ਰੀਤ ਉੱਥੇ ਮੌਜੂਦ ਸੀ ਹਨੀਪ੍ਰੀਤ ਦੇ ਕਹਿਣ ਦੇ ਉੱਤੇ ਸਾਰਾ ਕੁਝ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਜਨਤਾ ਨੂੰ ਦੱਸਣ ਵੀ ਇਸ ਕੇਸ 'ਚ ਅਜੇ ਤੱਕ ਹਨੀਪ੍ਰੀਤ ਨੂੰ ਕਿਉਂ ਨਹੀਂ ਨਾਮਿਨੇਟ ਕੀਤਾ ਬੇਅਦਬੀਆਂ 'ਚ ਜਦੋਂ ਮੈਜਿਸਟ੍ਰੇਟ ਦੀ ਕੋਰਟ 'ਚ ਪ੍ਰਦੀਪ ਕਲੇਰ ਦਾ ਬਿਆਨ ਹੈ 164 ਦਾ ਹਨੀਪ੍ਰੀਤ ਦੇ ਹੁਣ ਬਿਆਨੋਂ ਨੇ ਤਾਜ਼ੇ ਹੁਣ ਤਾਜ਼ੇ ਬਿਆਨਾਂ 'ਚ 6 ਮਹੀਨੇ ਹੋ ਗਏ ਉਹ ਬਿਆਨਾਂ ਨੂੰ ਤੇ ਕੀ ਮੁੱਖ ਮੰਤਰੀ ਨੇ ਹਨੀਪ੍ਰੀਤ ਨੂੰ ਕਿਉਂ ਨਹੀਂ ਨਾਮਿਨੇਟ ਕੀਤਾ ਇਹ ਦੱਸਣ ਡੇਰੇ ਦੀ ਮਦਦ ਹੋ ਰਹੀ ਹੈ ਨ ਕਿ ਇਹ ਜਿਹੜੇ ਬੇਅਦਬੀਆਂ ਦੇ ਕੇਸ ਨੇ ਇਹਦੇ ਚ ਰਾਮ ਰਹੀਮ ਵੀ ਅਕਿਊਜ਼ ਦੇ ਤੌਰ ਤੇ ਨਾਮਿਨੇਟ ਆ। ਬਾਕੀ ਸਾਰੇ ਜਿੰਨੇ ਅਕਿਊਜ਼ ਨੇ ਸਾਰਿਆਂ ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਦਿੱਤੀ। ਅਨੁਰਾਗ ਵਰਮਾ ਸਾਹਿਬ ਨੇ ਦਿੱਤੀ ਹੈ। ਇਕੱਲੇ ਰਾਮ ਰਹੀਮ ਦੀ ਸੈਂਕਸ਼ਨ ਕਿਉਂ ਰੋਕੀ ਹੋਈ ਹੈ? ਔਰ ਜਦ ਕੀ ਉਹਨਾਂ ਦੀ ਆਪਣੀ ਪੁਲਿਸ ਇਹ ਬਾਰ ਬਾਰ ਚਿੱਠੀਆਂ ਲਿਖ ਰਹੀ ਐ ਐਸਐਸਪੀ ਲਿਖ ਰਿਹਾ ਕਿ ਜੀ ਇਹ 295ਏ ਦੇ ਕੇਸ ਚ ਰਾਮ ਰਹੀਮ ਦੇ ਖਿਲਾਫ ਕੇਸ ਚਲਾਉਣ ਦੀ ਸੈਂਕਸ਼ਨ ਦੇ ਦਿਓ ਤੇ ਢਾਈ ਇਹ ਵੀ ਉਹੀ ਮੈਂ ਦੱਸ ਰਿਹਾ ਤੁਹਾਨੂੰ ਜ਼ਿਲ੍ਹਾ ਫਰੀਦਕੋਟ ਦੇ ਪਰਚੇ ਨੇ ਸਾਰੇ। ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਰਾਮ ਰਹੀਮ ਦੀ ਸੈਂਕਸ਼ਨ ਕੱਲੀ ਕਿਉਂ ਰੋਕੀ ਹੋਈ ਹੈ ਸੋ ਡੇਰੇ ਦੇ ਨਾਲ ਕੀ ਵੋਟਾਂ ਦਾ ਸੌਦਾ ਹੋ ਗਿਆ ਕੀ ਹੁਣ ਹਰਿਆਣੇ ਦੇ ਵਿੱਚ ਜਿਹੜੀ ਮਦਦ ਲੈਣੀ ਹੈ ਉਹਦੇ ਲਈ ਜਾਣ ਬੁੱਝ ਕੇ ਫਾਇਦਾ ਪਚਾਇਆ ਜਾ ਰਿਹਾ ਕਿਉਂਕਿ ਟ੍ਰਾਇਲਾਂ ਤੁਸੀਂ ਸਟੇ ਕਰਾਤੀਆਂ ਹਨ ਹਣੀਪ੍ਰੀਤ ਨੂੰ 164 ਦੇ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਬਾਵਜੂਦ ਤੁਸੀਂ ਨਾਮਿਨੇਟ ਨਹੀਂ ਕੀਤਾ ਇਹਦੀ ਸੈਂਕਸ਼ਨ ਤੁਸੀਂ ਪਿਛਲੇ 3 ਸਾਲ ਤੋਂ ਰੋਕ ਕੇ ਬੈਠੇ ਹੋ ਤੇ ਕੀ ਇਹ ਸੰਗੀਨ ਇਲਜ਼ਾਮ ਨਹੀਂ ਸੋ ਤੁਸੀਂ ਪੂਰਾ ਪੂਰਾ ਸ਼੍ਰੋਮਣੀ ਕਾਲਦਲ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਦਕਿ ਜੇ ਆਪਾਂ ਕਾਗਜ਼ ਦੇਖੀਏ ਇਹ ਗੰਦੇ ਬੰਦੇ ਨੂੰ ਤਾਂ ਚੁਰਾਏ 'ਚ ਫਾਂਸੀ ਲਾਣੀ ਚਾਹੀਦੀ ਹੈ ਜਿਹਨੂੰ ਸਰਕਾਰ ਇਸ ਤਰੀਕੇ ਦੇ ਪੋਲਿਟਿਕਲ ਹਟਕੰਡਿਆ ਲਈ ਵਰਤ ਰਹੀ ਹੈ। ਪ੍ਰਧਾਨ ਜੀ ਤੁਸੀਂ ਸਵਾਲ ਖੜੇ ਕਰ ਰਹੇ ਹੋ। ਇਸ ਗੱਲ ਦੇ ਵਿੱਚ ਕੋਈ ਦੋਰਿਆ ਨਹੀਂ ਕਿ ਪ੍ਰਦੀਪ ਕਲੇਰ ਤਾਂ ਖੁਦ ਇੰਨੇ ਗੰਭੀਰ ਜਿਹੜਾ ਹੈਗਾ ਮੁਕੱਦਮੇ ਦਾ ਮਾਮਲੇ ਦਾ ਮਲਜ਼ਮ ਹੈ। ਪਰ ਐਸੀ ਲਾਤਾਂ ਦੇ ਵਿੱਚ ਅਕਾਲੀ ਦਲ ਤਾਂ ਪਹਿਲਾਂ ਖੁਦ ਕਿਰਿਆ ਹੋਇਆ। ਕਿਉਂਕਿ ਇਸ ਡੇਰਾ ਮੁਖੀ ਨੂੰ ਜਿਹੜਾ ਮਾਫੀ ਵਾਲਾ ਮਸਲਾ ਉਹ ਹਜੇ ਉਲਝਿਆ ਹੋਇਆ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਇਸ ਮਸਲੇ ਦੇ ਦੌਰਾਨ ਦੂਜੇ ਪਾਸੇ ਉਹ ਮਸਲਾ ਹਲੇ ਵੀ ਜਿਹੜਾ ਹੈਗਾ ਭਾਰੀ ਚੱਲ ਰਿਹਾ ਔਰ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਫਿਰਦੀ ਸਾਹਿਬ ਤੌਰ ਤੇ ਜਿਵੇਂ ਇਲਜ਼ਾਮ ਲਾ ਰਹੀ ਮੁੱਖ ਮੰਤਰੀ ਤੇ ਪਰ ਸਰਕਾਰ ਉਹ ਹਵਾਲਾ ਜਿਹੜਾ ਮਕਦਮਾ ਦਾ ਦੇਖੋ ਕਦੋਂ ਤੋਂ ਚੱਲਦਾ ਆ ਰਿਹਾ ਇਸ ਤੋਂ ਫਿਰ ਗ੍ਰਿਫਤਾਰ ਕੀਤਾ ਮੈਂ ਫਿਰ ਦੁਬਾਰਾ ਨਪਿੰਦਰ ਜੀ ਪੁੱਛਦਾ ਕਿ ਮਾਫੀ ਧਾਰਮਿਕ ਵਿਸ਼ਾ ਅਕਾਲ ਤਖਸਾਲ ਸਾਹਿਬ ਇਹੋ ਮਸਲਾ ਵਿਚਾਰਿਆ ਜਾ ਰਿਹਾ ਔਰ ਮਾਫੀ ਜਿਹੜੀ ਉਸ ਵੀਰ ਸਿੰਘ ਬਾਦਲ ਸਾਹਿਬ ਨੇ ਤਾਂ ਦਿੱਤੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਦਿੱਤੀ ਨਹੀਂ ਮਾਫੀ ਤਾਂ ਦਿੱਤੀ ਹੈ ਅਕਾਲ ਤਖਤ ਸਾਹਿਬ ਨੇ ਗੱਲ ਹੈਗੀ ਬੇਅਦਬੀਆਂ ਦੀ ਪ੍ਰਦੀਪ ਕਲੇਰ ਹੈਗਾ ਬੇਅਦਬੀਆਂ ਦਾ ਦੋਸ਼ੀ 2018 ਚ ਨੋਮੀਨੇਟ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਨਹੀਂ ਸੀ 18 ਤੋਂ 24 ਤੱਕ 6 ਸਾਲ ਪਗੋੜਾ ਰਿਆ ਚੈਨਲਾਂ ਦੇ ਉੱਤੇ ਕਹਿੰਦਾ ਕਿ ਭਾਈ ਮੈਂ ਤਾਂ ਆਪਣੇ ਘਰੇ ਬੈਠਾ ਸੀ ਮੇਰਾ ਟੈਲੀਫੋਨ ਨੰਬਰ ਵੀ ਉਹੀ ਚੱਲਦਾ ਸੀ ਮੈਂ ਆਪਣੇ ਬੱਚਿਆਂ ਨਾਲ ਹਵਾਈ ਸਫ਼ਰ ਵੀ ਕਰਦਾ ਸੀ ਫਿਰ ਜਵਾਬ ਤਾਂ ਕਾਂਗਰਸ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਸੁਖੀ ਰੰਧਾਵਾ ਚਰਨਜੀਤ ਚੰਨੀ ਤੇ ਭਗਵੰਤਪਾਲ ਸਾਹਿਬ ਨੂੰ ਦੇਣਾ ਪਊਗਾ ਨਾ ਕਿ ਇੱਕ ਐਡੇ ਵੱਡੇ ਮਸਲੇ 'ਚ ਜੀਤੇ ਆਪਾਂ ਮੰਨਦੇ ਹਾਂ ਕਿ ਦੋ ਸਰਕਾਰਾਂ ਡਿੱਗ ਚੁੱਕੀਆਂ ਇੱਕ ਡਿੱਗਣ ਦੀ ਕਗਾਰ ਤੇ ਖੜੀ ਐ ਤੇ ਐਡੇ ਵੱਡੇ ਮਸਲੇ 'ਚ 6 ਸਾਲ ਦਾ ਪਘੋੜਾ ਜੀ ਆਪਣੇ ਘਰੇ ਬੈਠਾ ਸੀ ਹਵਾਈ ਸਫਰ ਕਰ ਰਿਹਾ ਸੀ ਤਾਂ ਫਿਰ ਇਹ ਕਿਦੀ ਮਿਲੀ ਭੁਗਤ ਨਾਲ ਹੋਇਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕਿਹੜੇ ਉਹ ਚਿਹਰੇ ਸੀ ਜਿਹੜੇ ਪ੍ਰਦੀਪ ਕਲੇਰ ਦੀ ਪੁਸ਼ਤਪਨਾਹੀ ਕਰ ਰਹੇ ਸੀ ਔਰ ਅੱਜ ਤੱਕ ਹੋ ਰਹੀ ਐ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਬੰਦੇ ਨੂੰ ਫਾਂਸੀ ਲਾਉਣੀ ਚਾਹੀਦੀ ਹੈ ਉਹ ਬੰਦਾ ਚੈਨਲਾਂ ਤੇ ਬੈਠਾ ਇੰਟਰਵਿਊ ਕਰ ਰਿਹਾ ਦੋ ਕੇਸਾਂ 'ਚ ਅੱਜ ਵੀ ਪੀਓ ਹੈ ਪੰਜਾਬ ਸਰਕਾਰ ਨੇ ਉਹਨੂੰ ਫੜਿਆ ਇੱਕ ਕੇਸ ਦੇ ਵਿੱਚ ਅਰੈਸਟ ਪਾਈ ਉਹਨੂੰ ਕਿਉਂਕਿ ਵਾਧਾ ਮਾਫਗਵਾਹ ਬਣਾਉਣਾ ਉਹਦੀ ਬੇਲ ਕਰਾਤੀ ਦੋ 'ਚ ਅੱਜ ਵੀ ਪੀਓ ਹੈ ਤੇ ਕੀ ਇਹ ਹਾਲਾਤਾਂ 'ਚ ਅਸੀਂ ਬੇਦਬੀਆਂ ਦਾ ਇਨਸਾਫ ਦਵਾਂਗੇ ਔਰ ਭਗਵਾਨ ਤਮਾਨ ਦੀ ਉਹ ਸਰਕਾਰ ਹੈ ਜਿਹਨੂੰ ਮੈਂਡੇਟ ਬੇਦਬੀਆਂ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਿਲਿਆ ਹੈ ਬੇਦਬੀ ਦੇ ਦੋਸ਼ੀਆਂ ਨਾਲ ਮਿਲ ਕੇ ਵਾਧਾ ਮਾਫਗਵਾਹ ਬਣਾਉਣ ਲਈ ਤੇ ਉਹਨੂੰ ਇਸ ਤਰੀਕੇ ਚੈਨਲਾਂ ਤੇ ਬਿਠਾਉਣ ਲਈ ਨਹੀਂ ਮਿਲ ਤਾਂ ਤੁਸੀਂ ਪੂਰੇ ਮਸਲੇ ਨੂੰ ਹਾਈ ਕੋਰਟ ਲ ਜਾਂਦੀ ਕਚਹਿਰੀ 'ਚੋਂ 100% ਸਾਡੇ ਕੋਲ ਜੋ ਲੀਗਲ ਆਪਸ਼ਨਸ ਆ ਅਸੀਂ ਐਕਸਪਲੋਰ ਕਰਾਂਗੇ ਇਸ ਤਰੀਕੇ ਦੀ ਜਿਹੜੀ ਘਟਿਆ ਖੇਡ ਹੈ ਭਗਵੰਤ ਮਾਨ ਸਾਹਿਬ ਦੀ ਇਹਨੂੰ ਲੋਕਾਂ ਦੇ ਸਾਹਮਣੇ ਜਨਤਾ ਦੀ ਕਚਹਿਰੀ 'ਚ ਵੀ ਇਹਨੂੰ ਬੇਨਕਾਬ ਕਰਾਂਗੇ ਤੇ ਜਾ ਕੇ ਕੋਰਟ ਆਫ ਲਾ ਦੇ ਵਿੱਚ ਵੀ ਦਿਖਾਵਾਂਗੇ ਕਿ ਇਹ ਤਰੀਕੇ ਦੇ ਨਾਲ ਅਗਰ ਛੜੇੰਤਰ ਪੰਜਾਬ ਦੇ ਵਿੱਚ ਰਤੇ ਜਾ ਰਹੇ ਨੇ ਇੱਕ ਹੋਰ ਸਵਾਲ ਇਹ ਤੋਂ ਖੜਾ ਹੋਇਆ ਨਾ ਮੌੜ ਬੰਬ ਧਮਾਕੇ ਦਾ ਕੀ ਬਣਿਆ ਉਹਦਾ ਵੀ ਦੋਸ਼ੀ ਇਹੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਸਾਹਜ ਡੇਰੇ ਨਾਲ ਉਹ ਤਾਂ ਪੈਰ ਪੈਰ ਤੇ ਸਾਹਮਣੇ ਆ ਗਈ ਹੈ ਹੁਣ ਤਾਂ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੇਣਾ ਪਊਗਾ ਤਾਂ ਅਰਸ਼ਦੀਪ ਕਲੇਰ ਹੋਣੀ ਅਕਾਲੀ ਦਲ ਦਾ ਪੱਖ ਰੱਖਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਸੱਤਾਧਰਤੇ ਹਮਲਾਵਰ ਨੇ ਤੇ ਕਹਿੰਦੇ ਨੇ ਕਿ ਪ੍ਰਦੀਪ ਕਲੇਰ ਦੀ ਇੱਕ ਮਾਮਲੇ 'ਚ ਗ੍ਰਿਫਤਾਰੀ ਜ਼ਮਾਨਤ ਤੇ ਦੋ ਮਾਮਲਿਆਂ 'ਚ ਗ੍ਰਿਫਤਾਰੀ ਨਾ ਹੋਣ ਦੇ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ ਉੱਥੇ ਜਾ ਕੇ ਜਵਾਬ ਮੰਗਾਂਗੇ ਕਿ ਆਖਿਰ ਪਿੱਛੇ ਚੱਲ ਕੀ ਰਿਹਾ ਫਿਲਹਾਲ ਇਲਜ਼ਾਮਾਂ ਦਾ ਦੌਰ جاری ਹੈ ਚਾਹੇ ਉਹ ਅਕਾਲੀ ਦਲ ਤੇ ਹੋਵੇ ਤੇ ਚਾਹੇ ਅਕਾਲੀ ਦਲ ਵੱਲੋਂ ਸਤਾਤਰ ਤੇ ਹੋਵੇ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ